ਟੈਸਟ ਹੋ ਗਏ ਹੁਣ ਬੈਂਡ ਆ ਜਾਣ ਵਧੀਆ ਵਧੀਆ ਫੇਰ ਉਹੀ ਤਾਂ ਮੈਂ ਕਹਿਣ ਡਿਆ ਮੇਰਾ ਵੀ ਆ ਜਿਹੜੀ ਫਾਹ ਪਾਇਆ ਮੇਰੇ ਗਲ ਜੇ ਲੱਥੇ ਆ ਮਿਹਨਤ ਦਾ ਮੁੱਲ ਮੁੜ ਜੇ ਹੋਰ ਇੰਦਰ ਵੀਰ ਤੇ ਭਾਬੀ ਆਈ ਆਣ ਕੇ ਮਿਲੋ ਉਹਨਾਂ ਨੂੰ ਆ ਗਏ ਨੇ ਹਾਂ ਆ ਗਏ ਨੇ ਤੇ ਜੋਬਨ ਤੂੰ ਪਾਣੀ ਲੈ ਕੇ ਆਉਣਾ ਵਾਸਤੇ ਚਲੋ ਮੈਂ ਠੰਡਾ ਲਿਆਉਣਾ ਉਹਨਾਂ ਵਾਸਤੇ ਹੈ ਉਹ ਪਿਆ ਕੇ ਫਿਰ ਚਾਹ ਵੀ ਬਣਾ ਲਈ ਚਲੋ ਕੋਈ ਨਹੀਂ ਪਹੁੰਚੋ ਮੈਂ ਕਰ ਲਿਆਉਣਾ ਤੂੰ ਬਸ ਅੱਗੇ ਭਾਬੀ ਨਹੀਂ ਮਾਣ ਹੁਣ ਇਹਦਾ ਰਿਸ਼ਤੇਦਾਰ ਵੀ ਭੁਗਤਾਓ ਜੀ ਤਾਂ ਕਹਿੰਦੇ ਉੱਥੇ ਟੈਂਕੀ 'ਚ ਸੁੱਟਾਂ ਵਾ ਵੀ ਪੀਂਦੇ ਰਹੋ ਜਿੰਨਾ ਪਾਣੀ ਪੀਣਾ ਵਾ ਸਿਆਪਾ ਹੁੰਦੇ ਨੇ ਭਾਬ ਹੋਰ ਸੁਣਾਓ ਬਸ ਵਧੀਆ ਤੁਸੀਂ ਸੁਣਾਓ ਵਾਹ ਵਧੀਆ ਵਧੀਆ ਆਪਣੇ ਚੱਲੀ ਜਾਂਦਾ ਕੰਮ ਕਾਰ ਚੱਲੀ ਜਾਂਦਾ ਇੱਦਾਂ ਬਸ ਚਲੋ ਵਧੀਆ ਹੋ ਗਿਆ ਨਵਾਂ ਆਪਲਾ ਹੁਣ ਨਾ ਪਾਣੀ ਭਾਜੀ ਲੈ ਕੇ ਆਉਂਦੇ ਆ ਕਿੱਥੇ ਵੀਰ ਜੀ ਕੰਮ ਦਾ ਤਾਂ ਬਹੁਤਾ ਹੀ ਮੋਹ ਕਰਦਾ ਵਾ ਮੈਨੂੰ ਤੇ ਕੰਮ ਕਰਨ ਹੀ ਨਹੀਂ ਦਿੰਦਾ ਕਹਿੰਦਾ ਬਸ ਤੁਸੀਂ ਭਾਬੀ ਜੀ ਪੜੋ ਚਲੋ ਤਾਂ ਠੀਕ ਆ ਨਾਲੇ ਗਾਂ ਦੀ ਘਰ ਦੀ ਉਹ ਵੀ ਨਾਲੇ ਸੁੱਖ ਹੋ ਚੁੱਕਿਆ ਇਹਨੂੰ ਵੀ ਉਹ ਚਾਹ ਪਾਣੀ ਪੀਓ ਤੇ ਜਾਓ ਭਰਾ ਕੰਮ ਕਰਿਆ ਕਰਨਾ ਸਾਰੀ ਉਮਰ ਮੈਂ ਹੱਥੀ ਸਾੜਦਾ ਰਹਿਣਾ ਆਪਣੇ ਕੋਲ ਨਾਲੇ ਸੱਚ ਤੇਰੇ ਟੈਸਟ ਦਾ ਕੀ ਬਣਿਆ ਵਾ ਟੈਸਟ ਤੇ ਵੀਰ ਜੀ ਬੜਾ ਵਧੀਆ ਹੋਇਆ ਵਾ ਤੇ ਬਸ ਹੁਣ ਉਹਦਾ ਰਿਜ਼ਲਟ ਆਉਣਾ ਵਾ ਉਹ ਕਿੱਦਣ ਆਉਣਾ ਰਿਜ਼ਲਟ ਇਹਦਾ ਸਵੇਰੇ ਆਏ ਨਾ ਮੈਂ 5:30 ਵਜੇ ਆਉਂਦਾ ਉਹ ਉਦਾਂ ਹੀ ਆਉਣਾ ਸ਼ੌਂਕ ਹੀ ਕੁਕਿੰਗ ਦਾ ਇਹਨੇ ਕੋਰਸ ਕੀਤਾ ਅੱਛਾ ਤੇ ਤੁਸੀਂ ਰਹੋ ਸਵੇਰੇ ਵੇਖੋ ਸਮੋਸੇ ਭਾਈ ਇੰਨੇ ਸਵਾਦ ਬਣਾਉਂਦਾ ਨਾ ਮੂੰਹ ਨਹੀਂ ਲੈਂਦੇ ਤੇ ਹੋਰ ਵੀ ਬੜੀਆਂ ਡਿਸ਼ਾਂ ਬਣਾਉਂਦਾ ਹੈ ਸਾਡੇ ਨਾਲ ਦੇ ਪਿੰਡ ਦਾ ਹਲਵਾਈ ਜਿਹੜਾ ਨਾ ਕਈ ਵਾਰ ਇਹਨੂੰ ਹੀ ਖੜਦਾ ਅੱਛਾ ਮੈਂ ਨਾ ਇਹੋ ਜਿਹੀ ਚੀਜ਼ ਬਣਾਉਂਦਾ ਨਾ ਪੁੱਛੋ ਕੁਝ ਨਾ ਖੁਦ ਹੀ ਸਲਾਹ ਕਰਕੇ ਆਪੇ ਛੱਡ ਕੇ ਆਏ ਉਹਨਾਂ ਨੂੰ ਉੱਥੇ ਤੇ ਜਿੱਦਣ ਆਪੇ ਦਿਲ ਕਰੂਗਾ ਲੈ ਆਉਣਗੇ ਚੱਲ ਰਹੇਗੀ ਮਹੀਨਾ ਤੇ ਫਿਰ ਆਪੇ ਅਕਲ ਆ ਜੂਗੀ ਨਾ ਆਹੋ ਇਹ ਗੱਲ ਤੇ ਹੈਗੀ ਆ ਪਰ ਪਤਾ ਨੀ ਕੀ ਗੱਲ ਇੰਨਾ ਲੜਦੇ ਆ ਨਾ ਨਿੱਕੀ ਨਿੱਕੀ ਗੱਲ ਤੇ ਲੜਦੇ ਆ ਤੇ ਪੈਸਿਆਂ ਬਾਰੇ ਹੁਣ ਕੀ ਕਹਿੰਦੇ ਸੀ ਫਿਰ ਪੈਸਿਆਂ ਬਾਰੇ ਕਹਿੰਦੇ ਤੂੰ ਫਿਕਰ ਨਾ ਕਰ ਪੈਸੇ ਅਸੀਂ ਆਪੇ ਲਾਵਾਂਗੇ ਪਰ ਮੈਨੂੰ ਤੇ ਲੱਗਦਾ ਤਾਂ ਹੀ ਛੱਡ ਗਏ ਉਹਨਾਂ ਨੂੰ ਉੱਥੇ ਚੱਲ ਚੰਗਾ ਵੈ ਰਹੇਗੀ ਫਿਰ ਆਪੇ ਪੈਸੇ ਵੀ ਲਾਉਣਗੇ ਨਾ ਇਹ ਕਰਕੇ ਜਿੱਦਾਂ ਮਰਜ਼ੀ ਨਹੀਂ ਉਹ ਤੇ ਇਹਨਾਂ ਨੇ ਮੈਨੂੰ ਕਿਹਾ ਅਸੀਂ ਲਾਵਾਂਗੇ ਤੇ ਇਹਨਾਂ ਨੇ ਹੀ ਲਾਉਣੇ ਆ ਬਾਕੀ ਗੱਲ ਇਹ ਕਿ ਇਹ ਸਾਰੇ ਜਾਣੇ ਕੁਝ ਨਹੀਂ ਕਹਿੰਦੇ ਹੈਗੇ ਤੇ ਮੰਮੀ ਆ ਉਹ ਹਰ ਗੱਲ ਵਿੱਚ ਟੋਕਦੀ ਹੁੰਦੀ ਸੀ ਜਦੋਂ ਵਿਆਹ ਹੋਣਾ ਸੀ ਉਦੋਂ ਵੀ ਉਹਨਾਂ ਨੂੰ ਦਾਜ ਦੀ ਪਈ ਸੀ ਉਹੀ ਆਉਂਦੇ ਸੀ ਕਿ ਦਾਜ ਵਿੱਚ ਆਹ ਹੋਣਾ ਚਾਹੀਦਾ ਟਾਇਲਰਸ ਵੱਲੋਂ ਵੀ ਉਹੀ ਸੋਲੇ ਦਿੰਦੇ ਸੀ ਕਿ ਅੱਧੇ ਪੈਸੇ ਤੁਸੀਂ ਲਾਓ ਤੇ ਹੁਣ ਜਿੱਦਣ ਦੇ ਗਏ ਨਾ ਉਦੋਂ ਦਾ ਬੜਾ ਵਧੀਆ ਸਗੋਂ ਚੱਲ ਵਧੀਆ ਨਾਲੇ ਦਾਜ ਲੈਏਗੀ ਨਾ ਉੱਥੋਂ ਦਾਜ ਲੈਣ ਗਈ ਹੈ ਮੈਨੂੰ ਤਾਂ ਐਸ ਲਾਉਂਦੀ ਜਿਵੇਂ ਆਪਣਾ ਬੜਾਇਆ ਹੁੰਦਾ ਉਹੀ ਨਾ ਗੱਲ ਕਰ ਲੱਗਿਆ ਨਹੀਂ ਨਾ ਸੋਚਦੇ ਇੰਨਾ ਨਹੀਂ ਨਾ ਸੋਚਦੇ ਕਿ ਉਹਨਾਂ ਨੇ ਕੁੜੀ ਦਿੱਤੀ ਹੋਰ ਪਿੱਛੇ ਕੀ ਰਹਿ ਗਿਆ ਬਸ ਇੱਕ ਮੈਨੂੰ ਆਈਲੈਟਸ ਵੱਲੋਂ ਪਹਿਲਾਂ ਜ਼ੋਰ ਲਵਾਉਂਦੇ ਸੀ ਵੀ ਤੂੰ ਆਈਲੈਟਸ ਕਰ ਤੇ ਜੇ ਮੈਂ ਕਰਨ ਲੱਗੀ ਤੇ ਫਿਰ ਇਹਨੇ ਪੈਸੇ ਤੂੰ ਹੀ ਲਾਓ ਇਹ ਭਲਾ ਕਿੱਦਾਂ ਦਾ ਨਿਆਂ ਹੋਇਆ ਚੱਲ ਕੋਈ ਨਹੀਂ ਕੱਲ੍ਹ ਤੇਰੇ ਬੈਡ ਆ ਜਾਣੇ ਨਾ ਤੇ ਸਾਰਾ ਕੁਝ ਠੀਕ ਹੋ ਜਾਣਾ ਮੈਂ ਤਾਂ ਕਹਿੰਦੀ ਵਧੀਆ ਵਧੀਆ ਆਉਣ ਤੇ ਤੂੰ ਵੀ ਬਾਹਰ ਚੱਲ ਜੇ ਹਾਂਜੀ ਉਹ ਤੇ ਭਾਬੀ ਜੀ ਮੈਂ ਆਪ ਕਹਿੰਦੀ ਚਲੋ ਵਧੀਆ ਆ ਜਾਣਾ ਚੱਲ ਠੀਕ ਹੈ ਫਿਰ ਆਪਾਂ ਜਾਂਦੇ ਹਾਂ ਹੁਣ ਮੈਂ ਤਾਂ ਕਹਿੰਦੀ ਰਹਿ ਪੋ ਸਵੇਰੇ ਚੱਲ ਦਿਓ ਨਹੀਂ ਚੱਲੀਏ ਹੁਣ ਫਿਰ ਆਪਾਂ ਚਲੋ ਫਿਰ ਠੀਕ ਹੈ ਜੇ ਜਾਣਾ ਤੇ ਚੱਲਣਾ ਜਾਓ ਯਾਰ 5:30 ਹੋ ਗਏ ਟਾਈਮ ਦਾ ਪਤਾ ਨਹੀਂ ਲੱਗਾ ਨੰਦੀਪ ਦੱਸੋ ਟਾਈਮ ਬੜੀ ਛੇਤੀ ਹੋ ਗਿਆ
ਨਵਦੀਪ 5:30 ਵੱਜ ਗਏ ਨੀ ਤੇ ਫਿਰ ਕੀ ਹੋ ਗਿਆ ਵੱਜਨੇ ਨੀ ਉਹ ਅੱਜ ਟਾਈਮ ਹੀ ਬੜਾ ਹੌਲੀ ਹੌਲੀ ਲੰਘਣ ਡਿਆ ਮੇਰਾ ਇੱਕ ਇੱਕ ਮਿੰਟ ਔਖਾ ਲੰਘਣ ਡਿਆ ਕਿਹੜੀ ਗੱਲੋਂ ਉਹ ਮੈਂ 5:30 ਵਜੇ ਫਿਰ ਰਿਜ਼ਲਟ ਆਉਣਾ ਹਜੇ 12 ਘੰਟੇ ਪਏ ਨੇ ਤੇ ਟਾਈਮ ਲੰਘ ਹੀ ਜਾਣਾ ਜਦੋਂ ਟਾਈਮ ਦਾ ਸਮਾਂ ਹੋਇਆ ਉਹਨੇ ਆਪਣੇ ਆਪ ਲੰਘ ਜਾਣਾ ਵਾ ਤੁਸੀਂ ਐਵੇਂ ਡਿੱਕੀ ਜਾਂਦੇ ਹੋ ਉਹ ਮੈਂ ਨਾ ਛੇਤੀ ਲੰਘਣ ਮੈਨੂੰ ਚਾਹ ਬੜਾ ਸੀ ਇਹ ਦੱਸ ਵੀ ਸਵੇਰੇ ਬੈਂਡ ਆ ਜਾਣਗੇ ਨਾ ਲੈ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਹੈਗਾ ਏ ਮੈਂ ਇੰਨੀ ਮਿਹਨਤ ਕੀਤੀ ਆ ਜਾਣੇ ਮੈਨੂੰ ਪੱਕਾ ਪਤਾ ਵਾ ਉਹ ਤਾਂ ਮੈਂ ਨਾ ਵੀ ਮਿਹਨਤ ਕੀਤੀ ਤਾਂ ਆ ਜਾਣ ਸਹੀ ਆ ਜਾਣੇ ਮੈਨੂੰ ਬੈਂਡ ਮੈਂ ਬੜੀ ਮਿਹਨਤ ਕੀਤੀ ਆ ਅੱਛਾ ਆ ਮੈਨੂੰ ਹੌਸਲਾ ਹੋ ਗਿਆ ਹਾਰ ਪਲ ਕਹਿਤੀ ਤੂੰ ਚੱਲ ਬਹਿ ਮੈਂ ਨਾ ਉਹਨਾਂ ਜੋ ਬਣਾ ਲਵੇਖਾਂ ਭਲਾ ਕੀ ਕਰਨ ਲਿਆ ਠੀਕ ਹੈ ਤੇ ਉਹਨੂੰ ਕੋ ਰੋਟੀ ਪਾਣੀ ਵੀ ਬਣਾ ਲੈ ਰਾਤ ਦਾ ਕਰ ਦੇ ਨਾ 5:30 ਹੋ ਗਏ ਤੇ 12 ਘੰਟੇ ਰਹਿ ਗਏ 5:30-6 ਵਜੇ ਨਾਲ ਸਵੇਰੇ ਆ ਹੀ ਜਾਣਾ ਰਿਜ਼ਲਟ ਤੇ ਮੈਨੂੰ ਲੱਗਦਾ ਜਦੋਂ ਪਿੰਦਰ ਚੱਲ ਗਿਆ ਨਾ ਤੇ 12 ਕੁ ਮਹੀਨਿਆਂ ਬਾਅਦ ਹੀ ਮੈਂ ਚੱਲ ਜਾਣਾ ਚੱਲ ਜਦੋਂ ਆਵਾਂਗੇ ਨਾ ਵਾਪਸ ਫਿਰ ਘੁੰਮਣ ਫਿਰਨ ਜਾਵਾਂਗੇ ਕਿਤੇ ਉਹ ਜੋਗਰ ਕਿੱਥੇ ਘੁੰਮਣ ਡਿਆ ਉਹ ਘੁੰਮਣਾ ਘੁੰਮਣਾ ਕਿੱਥੇ ਆ ਉਹ ਹਿਸਾਬ ਜਿਹਾ ਹੀ ਲਾਉਣ ਡਿਆ ਕੋਂਗਲਾਂ ਤੇ ਹਿਸਾਬ ਕੋਂਗਲਾਂ ਤੇ ਕਦਾ ਲਾਈ ਜਾਣ ਡਿਆ ਉਹ ਕੱਲ੍ਹ ਰਿਜ਼ਲਟ ਆਇਆ ਨਾ ਭਾਬੀ ਦਾ ਅੱਛਾ ਉਹੀ ਗਿਣਦੇ ਵੀ ਕਦੋਂ ਰਿਜ਼ਲਟ ਆਉਣਾ ਤੇ ਕਦੋਂ ਤੂੰ ਮੈਨੂੰ ਖੜਨਾ ਫਿਰ ਬਾਹਰ ਉਹ ਅੱਛਾ ਮੈਂ ਫਿਰ ਉਂਗਲਾਂ ਤੇ ਰੋਟੀਆਂ ਡਿਆ ਗਿਣਨਾ ਉਹ ਨਹੀਂ ਨਹੀਂ ਰੋਟੀਆਂ ਤੇ ਭਰਾਵਾ ਤੈਨੂੰ ਕੀ ਦੱਸਾਂ ਮੈਂ ਤੇ ਹੱਥ ਜੋੜਨ ਡਿਆ ਰੱਬ ਅੱਗੇ ਵੀ ਕੱਲ੍ਹ ਰਿਜ਼ਲਟ ਆ ਜੇ ਚੰਗਾ ਚੰਗਾ ਤੇ ਮੇਰੀ ਜਾਨ ਛੁੱਟੇ ਆ ਰੋਟੀ ਚੁੱਕੇ ਚੱਲੇ ਤਾਂ ਮੈਨੂੰ ਤਾਂ ਆ ਬੜੀ ਟੈਨਸ਼ਨ ਲੱਗੀ ਇਹਦੇ ਪਰ ਭਾਬੀ ਤੇਰੇ ਡਈਏ ਕਹਿਣਾ ਦੀ ਮੈਂ ਪੂਰਾ ਟੈਸਟ ਵਧੀਆ ਦਿੱਤਾ ਵਾ ਪੂਰਾ ਯਕੀਨ ਆ ਵੀ ਬੈਂਡ ਆਉਣਗੇ ਹੈ ਤੋਰ ਬਣ ਜਾਊਗੀ ਨਾ ਗੱਲ ਮੈਨੂੰ ਆ ਵਾਲੀ ਗੱਲ ਜਦੋਂ ਨੇ ਦੱਸੀ ਹੈ ਨਾ ਧਰਮਾ ਮੇਰਾ ਬਹੁਤਾ ਹੀ ਮਨ ਖੁਸ਼ ਹੈ ਉਹੋ ਤੇ ਗੱਲ ਵਾ ਹੋਰ ਆ ਜੱਬ ਕੱਲ ਹੀ ਪਾਇਆ ਗੱਲ 'ਚ ਤਾਹੋਂ ਤੇ ਪਾਇਆ ਵਾ ਚੱਲ ਕੋਈ ਨਹੀਂ ਯਾਰ ਰਹਿ ਗਈ ਅੱਜ ਦੀ ਰਾਤ ਇੱਕ ਦੋ ਦਿਨਾਂ ਨੂੰ ਜਾ ਕੇ ਫਿਰ ਮੰਮੀ ਨੂੰ ਲੈ ਆਵੀ ਨਹੀਂ ਨਹੀਂ ਜੇ ਭਰਾ ਕੱਲ ਰਿਜ਼ਲਟ ਆ ਗਿਆ ਤਾਂ ਮੈਂ ਕੱਲ ਹੀ ਚੱਲ ਜਾਣਾ ਵਾ ਮੈਂ ਨਹੀਂ ਡਿੱਕਣਾ ਇੱਕ ਦਿਨ ਵੀ ਮੇਰੇ ਕੋ ਨਹੀਂ ਪੱਕਦੀਆਂ ਮੇਰੇ ਤੇ ਹੱਥ ਸੜ ਗਏ ਤੁਹਾਡੀਆਂ ਰੋਟੀਆਂ ਪਕਾ ਕੇ ਬਹੁਤਾ ਕਲਾ ਪੈ ਗਿਆ ਤੇ ਹੋਰ ਕੰਮ ਕਰਕੇ ਵੇਖੋ ਤੁਹਾਨੂੰ ਪਤਾ ਲੱਗੇ ਯਾਰ ਇਹ ਤੇ ਗੱਲ ਤੇਰੀ ਸਹੀ ਆ ਮੈਂ ਤੇ ਨਾ ਬੈਂਡ ਆ ਜਾਣਾ ਸਿਰੇ ਹਫਤੇ ਚੋਂ ਦਿਨਾਂ ਦੇ ਵਿੱਚ ਫੈਲ ਲਾ ਗਿਆ ਨਾ ਤੇ ਖਰੀਏ ਬਾਹਰ ਤਾਂ ਉਹ ਜਿਹੜਾ ਕੰਮ ਕਰਨ ਲਾ ਮਕਾਓ ਹੁਣ ਪੈਸੇ ਤੇ ਇਕੱਠੇ ਕੀਤੇ ਆ ਬਸ ਬਸ ਤੇ ਜੇ ਕਿਹੜੀ ਕਿਸੇ ਚੀਜ਼ ਥੋੜਵਾ ਵੀ ਜਿਹੜਾ ਨਹੀਂ ਹੈਗਾ ਡੇ ਨਾ ਨਾ ਯਾਰ ਮੈਨੂੰ ਨਾ ਚੇਤਾ ਮੇਰਾ ਯਾਰ ਹੀ ਇੱਕ ਅੱਛਾ ਉਹਨੇ ਨਾ ਅੰਮ੍ਰਿਤਸਰ ਦੀ ਕੋਈ ਜੈਂਟਲਮੈਨ ਉਹਦਾ ਨਾਂ ਨਹੀਂ ਚੇਤੇ ਉਹਨੇ ਆਪਣੀ ਘਰ ਦੀ ਉਹਦੇ ਕੋਲ ਫਾਈਲ ਆਈ ਸੀ ਅੱਛਾ ਤਾਂ ਤੂੰ ਮੰਨਣਾ ਨੇ 10 ਦਿਨਾਂ ਚ ਵੀਜ਼ਾ ਆ ਗਿਆ ਉਹਦਾ ਉਹ ਚੱਲ ਯਾਰ ਤੂੰ ਸਿਆਣਾ ਹੀ ਆ ਉਹਨੇ ਵੀ ਪਰਸੋਂ ਚੱਲ ਜਾਣਾ ਹੁਣ ਮੁੰਡੇ ਨੇ ਵੀ ਅੱਛਾ ਤੂੰ ਹੋਰ ਉਹਨਾਂ ਕੋਈ ਜਾਓ ਤੁਸੀਂ ਮੇਰਾ ਇਰਾਦਾ ਉੱਥੇ ਜਾਣਾ ਉਹਦੇ ਕੋਲ ਨੰਬਰ ਲਵਾਂਗਾ ਉਹਦਾ ਉੱਥੇ ਜਾਣਾ ਚੱਲ ਹੁਣ ਬਸ ਇਹੋ ਡੀਕ ਵਾ ਵੀ ਕੱਲ ਬੈਂਡ ਆ ਜਾਣ ਚੰਗੇ ਬਸ ਬਸ ਭਰਾਵਾ ਇਹੋ ਹੀ ਆ ਹੁਣ ਤੇ ਪਿੰਦਰ ਪਿੰਦਰ ਉੱਠੋ ਤਾਂ ਤੈਨੂੰ ਇੱਕ ਗੱਲ ਦੱਸਾਂ ਦੱਸ ਟੈਂਕਰ ਨਾ ਹੋਵੇ 6 ਵੱਜ ਗਏ 6 ਵੱਜ ਗਏ ਬੜੀ ਛੇਤੀ 6 ਵੱਜੇ ਨੇ ਦੱਸ ਕੀ ਕਹਿਣਾ ਗੁੱਸਾ ਤਾਂ ਨਾ ਕਰੋਗੇ ਨਹੀਂ ਕਰਦਾ ਦੱਸ ਮੇਰੇ ਬੈਂਡ ਨਹੀਂ ਆਏ ਨਵਦੀਪ ਇਹ ਕਹਿਣ ਡਈ ਹੈ ਸੱਚ ਕਹਿੰਦੀ ਮੈਂ ਨਹੀਂ ਆਏ ਆਏ ਕਿੰਨੇ ਨੇ ਇਹ ਤਾਂ ਦੱਸ 2.5 ਬੈਂਡ ਆਏ ਆ ਉਹ ਤੇਰਾ ਭਲਾ ਹੋ ਜੇ ਕੱਲ ਤੇ ਬੜੀਆਂ ਫੜਾ ਛੱਡਣ ਡਈ ਹੈ ਵੀ ਆ ਜਾਣੇ ਆ ਜਾਣੇ ਉਧਰੋਂ ਵਿਚਾਰੇ ਜੋਬਨ ਨੂੰ ਫਾਇਲ ਆਇਆ ਮਹੀਨਾ ਹੋ ਗਿਆ ਪੂਰਾ ਕੰਮ ਕਰਨ ਡੇ ਵਿਚਾਰੇ ਨੇ ਤੇ ਮੰਮੀ ਉੱਥੇ ਬੈਠੀ ਏ ਤੇ ਹੁਣ ਇਹ ਚ ਮੇਰਾ ਕੀ ਕਸੂਰ ਹੈ ਜੇ ਨਹੀਂ ਆਏ ਤੇ ਯਾਰ ਕਸੂਰ ਕਿਉਂ ਨਹੀਂ ਤੇਰਾ ਮੈਂ ਤੇ ਆਪਣੇ ਵੱਲੋਂ ਬੜਾ ਜ਼ੋਰ ਲਾਇਆ ਸੀ ਵਿਹਲੀ ਰਹਿੰਦੀ ਹੈ ਤੇਰੇ ਕੋ ਪੜਿਆ ਵੀ ਨਾ ਗਿਆ ਸਾਰੀਆਂ ਆਸਾਂ ਦੇ ਪਾਣੀ ਫੇਰ ਛੜਿਆ ਮੈਨੂੰ ਤਾਂ ਪਤਾ ਨਹੀਂ ਕੀ ਹੋਣ ਡਿਆ ਉਹ ਕੁਛ ਨਹੀਂ ਹੁੰਦਾ ਤੁਹਾਨੂੰ ਆ ਗਈ ਮੇਰੇ ਬੈਂਡ ਸੱਚੀ ਹਾਂ ਤਾਈ ਕਿੰਨੇ ਨੇ ਇਹ ਤਾਂ ਦੱਸ 7.5 ਆਏ ਆ ਸੱਚੀ ਝੂਠ ਤੇ ਨਹੀਂ ਮਾਰਨ ਦੀ ਲੈ ਆ ਵੇਖ ਲਓ ਆਪੇ ਫੋਨ ਤੇ ਵਾਕਈ ਓਏ ਹੁਣ ਖੁਸ਼ ਜੀ ਲੈ ਇਹ ਤਾਂ ਨਹੀਂ ਯਾਰੇ ਵੱਜ ਗਏ ਓਏ ਚਲੋ ਫਿਰ ਅੱਜ ਸਾਰਿਆਂ ਨੂੰ ਦੱਸੀਏ ਸਾਰਿਆਂ ਨੂੰ ਵੇਖੀ ਕਿੰਨੇ ਖੁਸ਼ ਹੁੰਦੇ ਨੇ ਡੇਰੀ ਗੱਲ ਇਦਾਂ ਵਾ ਫਿਰ ਰਿਜ਼ਲਟ ਅੱਜ ਆਏ ਨਾ ਬੱਬੀ ਦਾ ਆਹੋ ਤੇ ਮੈਨੂੰ ਲੱਗਣ ਦਾ ਠੀਕ ਹੀ ਆਏ ਨੇ ਬੈਂਡ ਉਹਨਾਂ ਤੇ ਜਾਣ ਜੋਗੇ ਆਏ ਨੇ ਤੇ ਪੈਸੇ ਦਾ ਹੁਣ ਥੋੜੀ ਜੀ ਖੇਚਲ ਕਰਦੀ ਪੈਣੀ ਤੁਹਾਨੂੰ ਉਹ ਯਾਰ ਮੇਰੀ ਗੱਲ ਸੁਣ ਗੱਲ ਦੱਸਾਂ ਕੀ ਆ ਬਸ ਮੈਂ ਇਹੋ ਸੁਣਨਾ ਚਾਹੁੰਦਿਆ ਵਾਂ ਵੀ ਉਹ ਆਣ ਕੇ ਕੁੜੀ ਕਹਿ ਰਹੇ ਵੀ ਮੇਰੇ ਬੈਂਡ ਆ ਗਿਆ ਜਾਣ ਜੋਗੇ ਆਹੋ ਚਲੋ ਕਨਫਰਮ ਹੋ ਜਾਏ ਪੈਸਿਆਂ ਦੀ ਨਾ ਤੁਸੀਂ ਚਿੰਤਾ ਕਰ ਪੈਸੇ ਹੋ ਜਾਣਗੇ ਪੈਸੇ ਹੈਗੇ ਆ ਮੇਰੇ ਕੋਲ ਲਾ ਲਾਂਗੇ ਉੱਥੇ ਸੋਕੇ ਚਲੋ ਵਧੀਆ ਜੀ ਖੁਸ਼ਖਬਰੀ ਜੀ ਕਾਦੀ ਬੈਂਡ ਆ ਗਏ ਜੀ ਅੱਛਾ ਹਾਂਜੀ ਹਾਂ ਵਧੀਆ ਫਿਰ ਵਧਾਈ ਬਣ ਗਈ ਯਾਰ ਵਧੀਆ ਹੋਇਆ ਤੇ ਇਹਨੇ ਕਿੰਨੇ ਆਏ ਨੇ ਵਧਾਈਆਂ ਫਿਰ 10 ਕਿੰਨੇ ਆਏ ਨੇ ਕਿੰਨੇ 7.5 ਆਏ ਨੇ 7.5 ਹੋਰ ਬੱਲੇ 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 ਲੈ ਵੀ ਇੱਕ ਗੱਲ ਹੀ ਜਿੰਨੇ ਇਹਦੇ ਤਿੰਨਾਂ ਚੌਂ ਵਾਰੀਆਂ ਨੇ ਇਕੱਠੇ ਕੀਤੇ ਮੰਨਦੇ ਆ ਨਾ ਕੁੜੀ ਇੱਕੋ ਵਾਰੀ ਲੈ ਗਈ ਆਹ ਗੱਲ ਸਹੀ ਕੀਤੀ ਤੁਸੀਂ ਹੈ ਬਿਲਕੁਲ ਸਹੀ ਗੱਲ ਪਲੱਸ ਕਰਕੇ ਵੇਖ ਲਾ ਇੰਨੇ ਕਿ ਇਹਦੇ ਬਣਦੇ ਆ ਚੌਂ ਵਾਰੀਆਂ ਦੇ
ਜਿੰਨੇ ਉਹ ਇੱਕ ਵਾਰੀ ਆ ਗਿਆ ਸਹੀ ਗੱਲ ਇਹ ਹੁੰਦੀ ਕਾਕਾ ਪੜਾਈ ਨਹੀਂ ਡੈਡੀ ਮੈਂ ਵੀ ਕਰਦਾ ਪਰ ਨਾਲੇ ਨੂੰ ਕਿਹਦੀ ਆ ਇਹ ਵੀ ਤਾਂ ਵੇਖਣਾ ਚਲੋ ਚਲੋ ਛੱਡੋ ਜਿਹੜੀ ਵੀ ਗੱਲ ਹੈ ਬੈਂਡ ਆ ਕੇ ਇੰਨਾ ਹੀ ਬੜਾ ਛੱਡਣਾ ਕੀ ਆ ਮੈਂ ਪੈਸੇ ਦੇਣਾ ਤੇ ਤੁਸੀਂ ਫੈਲ ਲਾਓ ਤੇ ਚੜੋ ਜਹਾਜ਼ ਤੇ ਸਾਰਾ ਟੱਬਰ ਬਾਹਰ ਚਲੋ ਲੈ ਹੋ ਗਿਆ ਨਾ ਵਧੀਆ ਐਵੇਂ ਦਿਲ ਛੱਡੀ ਜਾਂਦੇ ਜੇ ਉਹਨੂੰ ਕੁੜੀ ਨੂੰ ਟਾਈਮ ਦਿੱਤਾ ਨਾ ਉਹ ਜੇ ਤੂੰ ਰੋਟੀਆਂ ਲਾਉਂਦਾ ਰਿਹਾ ਤੇ ਬੋਕਰਾ ਫੇਰਦਾ ਰਿਹਾ ਵਾ ਤੇ ਵੇਲਾ ਮੁੱਲ ਪੈ ਗਿਆ ਚਲੋ ਵਧੀਆ ਹੋ ਗਿਆ ਤੇ ਨਾਲੇ ਹੁਣ ਇੱਕ ਗੱਲ ਸੁਣ ਲਓ ਮੇਰੀ ਤੁਸੀਂ ਤਿੰਨੇ ਜਾਣੇ ਬਾਅਦ ਚ ਝਗੜਾ ਨਾ ਕਰਿਓ ਮੈਂ ਉਦੋਂ ਜਾਣਾ ਜੇ ਜਦੋਂ ਉੱਥੇ ਬਰਫ਼ ਪੈਣ ਡਈ ਹੋਵੇ ਠੀਕ ਹੈ ਕਿ ਨਹੀਂ ਮੈਂ ਅੱਗੋਂ ਪਿੱਛੋਂ ਨਹੀਂ ਜਾਣਾ ਕੋਈ ਗੱਲ ਹਾਂ ਬਸ ਇਹ ਵੀ ਤੁਸੀਂ ਉੱਥੇ ਚਲੋ ਚੱਲ ਗਏ ਮੈਨੂੰ ਦੱਸ ਦਿਓ ਵੀ ਬਰਫ਼ ਪੈਣ ਡਿਆ ਪਈ ਆ ਤੇ ਫਿਰ ਮੇਰਾ ਵੀ ਕੰਮ ਕਰਾ ਦਿਓ ਠੀਕ ਹੈ ਕਿ ਨਹੀਂ ਨਾਲੇ ਸ਼ਹਿਰ ਗਿਆ ਉੱਥੇ ਡੱਬੇ ਡੁੱਬੇ ਲਿਆ ਗਏ ਮੂੰਹ ਮਾਂ ਮਿੱਠਾ ਕਰਾ ਸਾਡਾ ਉਹ ਡੱਬਾ ਤਾਂ ਲਿਆਉਣਾ ਇੱਕ ਜ਼ਰੂਰੀ ਕੰਮ ਤੇ ਕਰਨਾ ਰਹਿ ਗਿਆ ਉਹ ਕਿਹੜਾ ਮੰਮੀ ਨੂੰ ਲੈ ਆਵਾਂ ਮੇਰੇ ਤਾਂ ਹੱਥ ਸੜ ਕੇ ਤੁਹਾਡੀਆਂ ਰੋਟੀਆਂ ਲਾ ਲਾ ਕੇ ਠੀਕ ਆ ਚੱਲ ਉਹਨੂੰ ਵੀ ਲੈ ਚੱਲ ਹੋ ਕੇ ਆਉਣਾ ਠੀਕ ਆ